ਸ਼੍ਰੀਕਾਲ ਜੀ, ਅੱਜ ਆਪਾਂ ਮੇਥੀ ਵਾਲੀ ਮੱਕੀ ਦੀ ਰੋਟੀ ਬਣਾਉਂਦੇ ਹਾਂ। ਮੇਥੀ ਨੂੰ ਮੈਂ ਗਰਮ ਪਾਣੀ ਵਿੱਚ ਪਾ ਦਿੱਤਾ ਆ। ਹਾਂ, ਇਹਨੂੰ ਆਪਾਂ ਗਰਮ ਕਰਨਾ। ਹਰੀ ਮਿਰਚ ਪਾਵਾਂਗੇ, ਸਵਾਦ ਅਨੁਸਾਰ ਆਪਾਂ ਨਮਕ ਵੀ ਪਾਵਾਂਗੇ, ਥੋੜ੍ਹਾ ਜਿਹਾ ਆਪਾਂ ਧਨੀਆ ਪਾਊਡਰ ਪਾ ਲੈਂਦੇ ਹਾਂ। ਆਪਾਂ ਰਲਾ ਲੈਂਦੇ ਹਾਂ। ਗਰਮ ਹੋ ਜਾਵੇ ਪਾਣੀ, ਫਿਰ ਆਪਾਂ ਇਸ 'ਚ ਮੱਕੀ ਦਾ ਆਟਾ ਪਾਵਾਂਗੇ। ਪਾਣੀ ਦੂਜਾ ਲੱਗ ਗਿਆ, ਆਪਾਂ ਇਹਦੇ 'ਚ ਮੱਕੀ ਦਾ ਆਟਾ ਪਾ ਦਿੰਦੇ ਹਾਂ। ਥੋੜ੍ਹਾ ਜਿਹਾ ਆਪਾਂ ਹੋਰ ਆਟਾ ਲਵਾਂਗੇ। ਗੈਸ ਤੋਂ ਲਾ ਲੈਂਦੇ ਕਿਉਂਕਿ ਆਟਾ ਇੰਨਾ ਵਧੀਆ ਬਣ ਜਾਂਦਾ, ਇਹਨੂੰ ਵੇਲ ਲੈਣਾ ਵੀ ਆਪਾਂ ਵੇਲ ਸਕਦੇ ਹਾਂ ਅਤੇ ਇਸ ਤਰ੍ਹਾਂ ਵੀ ਇਹਨੂੰ ਪਕਾ ਸਕਦੇ ਹਾਂ। ਇੱਕ ਰੋਟੀ ਆਪਾਂ ਵੇਲ ਲੈਣਾ ਵੀ ਬਣਾਵਾਂਗੇ, ਵੇਲ ਕੇ ਗੈਸ ਥੋੜ੍ਹੀ ਤੇਜ਼ ਕਰ ਦਿੰਦੇ ਹਾਂ ਕਿ ਤਵਾ ਗਰਮ ਹੋ ਜਾਵੇ ਆਪਣਾ। ਕਿਉਂਕਿ ਇਸ ਤਰ੍ਹਾਂ ਪਤਲੀ ਬਣ ਜਾਂਦੀ ਹੈ, ਜੇ ਆਪਾਂ ਪਤਲੀ ਬਣਾਵਾਂਗੇ ਫਿਰ ਇਹ ਥੋੜ੍ਹਾ ਟੁੱਟਣਾ ਤਾਂ ਹੈਗਾ ਹੀ ਹੈ। ਇਸ ਤਰ੍ਹਾਂ ਆਪਾਂ ਮੱਕੀ ਦੀ ਮੇਥੀ ਦੀ ਰੋਟੀ ਬਣਾਉਂਦੇ ਹਾਂ।
ਸਾਈਡ ਤੇ ਹਲਕਾ ਜਿਹਾ ਆਇਲ ਲਾ ਦਿੰਦੇ ਹਾਂ। ਇਸ ਤਰ੍ਹਾਂ ਆਪਣੀ ਮੇਥੀ ਵਾਲੀ ਰੋਟੀ ਬਣ ਕੇ ਤਿਆਰ ਹੋ ਜਾਂਦੀ ਆ। ਹੁਣ ਆਪਾਂ ਵੇਲ ਲੈਣਾ ਤੇ ਇੱਕ ਰੋਟੀ ਵੇਲਦੇ ਹਾਂ। ਇਸ ਤਰ੍ਹਾਂ ਆਪਾਂ ਪੇੜਾ ਬਣਾ ਲਿਆ ਹੈ। ਥੋੜ੍ਹਾ ਜਿਹਾ ਆਪਾਂ ਚਕਲੇ ਦਾ ਲਾ ਲੈਣਾ, ਸਾਡੇ ਕੋਲ ਤਾਂ ਚਕਲਾ ਹੈ ਨਹੀਂ ਇੱਥੇ। ਹੁਣ ਇੰਡੀਆ ਜਾਊਂਗੀ ਫਿਰ ਲੈ ਕੇ ਆਊਂਗੀ। ਥੋੜ੍ਹੀ ਜਿਹੀ ਇਸ ਤਰ੍ਹਾਂ ਚੌਂਟ ਬਣਾ ਲੈਂਦੇ ਹਾਂ। ਜਿੱਦਾਂ ਕਣਕ ਦੇ ਆਟੇ ਦੀ ਆਪਾਂ ਬਣਾਈ ਦੀ ਹੈ ਨਾ। ਇਸ ਤਰ੍ਹਾਂ ਥੋੜੀ ਜਿਹੀ ਹੋਰ ਟੁੱਟ ਟੁੱਟ ਜਾਂਦੀ, ਉਹਨੂੰ ਇਸ ਹੱਥ ਨਾਲ ਰਿਪੇਅਰ ਕਰ ਲਓ। ਵਧੀਆ ਵੇਲੇ ਨਾਲ ਰੋਟੀ ਵੇਲ ਹੋ ਜਾਂਦੀ ਹੈ। ਕੈਮਰੇ 'ਚ ਦਿਖਦੀ ਨਹੀਂ ਪਈ, ਦੇਖ ਲਓ। ਇਸ ਤਰ੍ਹਾਂ ਵੇਲੇ ਨਾਲ ਵੀ ਆਪਾਂ ਇਹਨੂੰ ਵੇਲ ਸਕਦੇ ਹਾਂ ਅਤੇ ਹੱਥ ਨਾਲ ਜੇ ਇਹਨੂੰ ਬਣਾਉਣੀ ਆਉਂਦੀ। ਇਹ ਆਪਣੀ ਵੇਲਣੇ ਵਾਲੀ ਰੋਟੀ, ਇਹਦੀ ਆਪਾਂ ਵੇਲਣੇ ਨਾਲ ਵੇਲੀ ਹੈ। ਥੋੜ੍ਹੀ ਜਿਹੀ ਥੋੜ੍ਹੀ ਵੱਡੀ ਬਣਦੀ ਹੈ, ਜਿੱਦਾਂ ਪਤਲੀ ਵੀ ਬਣਦੀ ਹੈ। ਇਹਨੂੰ ਵੀ ਆਪਾਂ ਥੋੜ੍ਹਾ ਆਇਲ ਲਾਵਾਂਗੇ। ਸਭ ਤੋਂ ਸੌਖੀ ਰੋਟੀ ਇਸ ਤਰ੍ਹਾਂ ਹੀ ਬਣਦੀ ਹੈ ਕਿ ਗਰਮ ਪਾਣੀ ਦੇ ਵਿੱਚ ਮੱਕੀ ਦੇ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਓ, ਫਿਰ ਇਹਨੂੰ ਚਾਹੇ ਵੇਲਣੇ ਨਾਲ ਵੇਲ ਲਓ ਚਾਹੇ ਹੱਥ ਨਾਲ, ਜਿੱਦਾਂ ਤੁਹਾਨੂੰ ਚੰਗਾ ਲੱਗਦਾ, ਸੌਖਾ ਲੱਗਦਾ ਆ। ਹੁਣ ਆਪਾਂ ਇਹਨੂੰ ਬਣਾ ਲੈਂਦੇ ਹਾਂ, ਫਿਰ ਆਪਾਂ ਪਲੇਟਿੰਗ ਕਰਦੇ। ਮੱਕੀ ਦੀ ਰੋਟੀ ਆਪਣੀ ਮੇਥੀ ਵਾਲੀ ਬਣ ਕੇ ਤਿਆਰ ਹੈ। ਇਹਦੇ ਨਾਲ ਮੈਂ ਮੱਖਣੀ ਲਈ ਹੈ, ਨਾਲ ਦਹੀਂ ਲਿਆ। ਹੁਣ ਬਹਿ ਕੇ ਆਪਾਂ ਖਾਂਦੇ ਹਾਂ। ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਕਮੈਂਟ ਵੀ ਜ਼ਰੂਰ ਕਰਿਆ ਕਰੋ।